ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ ਵੱਖ ਵੱਖ ਖੇਤਰਾਂ ਵਿੱਚ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਰਣਜੀਤ ਸਿੰਘ ਅਤੇ ਅਮਰੀਕ ਸਿੰਘ ਉਰਫ ਲੱਕੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਪਤਾਨ ਪੁਲਿਸ ਸਰਕਲ ਫਤਿਹਗੜ੍ਹ ਸਾਹਿਬ ਡਾਕਟਰ ਰਵਜੋਤ ਕੌਰ ਕਰੇਵਾਲ ਅਤੇ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਫਤਿਹਗੜ੍ਹ ਸਾਹਿਬ ਦਲਜੀਤ ਸਿੰਘ ਖੱਖ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਥਾਣੇਦਾਰ ਗਗਨਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਬਡਾਲੀ ਆਲਾ ਸਿੰਘ ਨੇ ਮੁਖਬਰੀ ਮਿਲਣ ਤੇ ਪਿੰਡ ਫਾਟਕ ਮਾਜਰੀ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਉਕਤ ਦੋਸ਼ੀ ਰਣਜੀਤ ਸਿੰਘ ਨੂੰ ਕਾਬੂ ਕੀਤਾ, ਜਿਸ ਨੇ ਪੁੱਛਗਿੱਛ ਦੌਰਾਨ ਉਸਨੇ ਆਪਣੇ ਸਾਥੀ ਅਮਰੀਕ ਸਿੰਘ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਚੋਰੀ ਕਰਨ ਦੀਆਂ ਵਾਰਦਾਤਾਂ ਮੰਨੀਆਂ, ਜਿਸ ਦੀ ਤਫਤੀਸ਼ ਕਰਦੇ ਹੋਏ ਅਮਰੀਕ ਸਿੰਘ ਨੂੰ ਕਾਬੂ ਕਰਕੇ ਮੋਟਰਸਾਈਕਲ ਜਾਮਾ ਵੀ ਬਰਾਮਦ ਕੀਤਾ। ਉਕਤ ਦੋਨੋਂ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਤੇ 8 ਮੋਟਰਸਾਈਕਲ ਜੋ ਇਹਨਾਂ ਦੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਸਨ ਬਰਾਮਦ ਕੀਤੇ, ਜਿਨ੍ਹਾਂ ਦੀ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਜਾਰੀ ਹੈ। 26/4/18 ਨੂੰ ਸਾਨੂੰ ਮੁਖਬਰ ਰਾਹੀਂ ਸੂਚਨਾ ਆਈ ਸੀ ਕਿ ਬਡਾਲੀ ਆਲਾ ਸਿੰਘ ਥਾਣੇ ਏਰੀਆ ਦੇ ਵਿੱਚ ਇੱਕ ਸ਼ਖਸ ਚੋਰੀ ਦੀ ਮੋਟਰਸਾਈਕਲ ਚਲਾ ਰਿਹਾ ਅਤੇ ਉਹਨੂੰ ਸਹੀ ਟਾਈਮ 'ਤੇ ਨੱਪ ਕੀਤਾ ਗਿਆ ਅਤੇ ਉਹਦੇ ਤੋਂ ਇੱਕ ਚੋਰੀ ਦੀ ਮੋਟਰਸਾਈਕਲ ਬਰਾਮਦ ਹੋਈ। ਉਹਦੇ ਬਾਰੇ ਪਰਚਾ ਦਰਜ ਕੀਤਾ ਗਿਆ ਅਤੇ ਉਹਦਾ ਜਦੋਂ ਅੱਗੇ ਉਹਦੀ ਪੁੱਛਤਾਛ ਕੀਤੀ ਗਈ ਅਤੇ ਇੱਕ ਹੋਰ ਵਿਅਕਤੀ, ਇੱਕ ਜਿਹਦੇ ਕੋਲੋਂ ਅਸੀਂ ਇੱਕ FZ ਯਾਮਾ FZ ਬਰਾਮਦ ਕੀਤਾ, ਉਹਦੇ ਬਾਰੇ ਹੋਰ ਵੀ ਸੂਚਨਾ ਮਿਲੀ ਹੈ ਸਾਨੂੰ। ਅੱਗੇ ਦੀ ਅੱਗੇ ਅਸੀਂ ਪੁੱਛਗਿੱਛ ਕਰਕੇ ਅਤੇ ਅੱਗੇ ਤਫਤੀਸ਼ ਕਰਕੇ 8 ਮੋਟਰਸਾਈਕਲ ਕੋਲ ਬਰਾਮਦ ਕਰ ਚੁੱਕੇ ਹਾਂ ਅਤੇ ਬਾਕੀ ਇਹ ਔਨਗੋਇੰਗ ਇਨਵੈਸਟੀਗੇਸ਼ਨ ਹੈ। ਸਾਨੂੰ ਉਮੀਦ ਹੈ ਕਿ ਸਾਨੂੰ ਜਿਵੇਂ ਜਿਵੇਂ ਜ਼ਿਆਦਾ ਇਨਫੋਰਮੇਸ਼ਨ ਇਹਦੇ ਬਾਰੇ ਮਿਲਦੀ ਹੈ ਅਤੇ ਅਸੀਂ ਹੋਰ ਵੀ ਇਸ ਕੇਸ ਦੇ ਵਿੱਚ ਹੋਰ ਵੀ ਬਰਾਮਦਗੀਆਂ ਕਰ ਸਕਾਂਗੇ। 14 ਤਾਰੀਖ ਹੋਏ ਸੀ ਰਾਤ ਤੋਂ, ਕਿਸਕਰਾਈ ਪਾਰਕਿੰਗ ਮੈਂ ਸੀ ਬੇਸਮੈਂਟ ਮੈਂ ਕਿ ਕੱਲ੍ਹ ਪਤਾ ਲੱਗਿਆ ਕਿ ਪੰਜਾਬ ਪੁਲਿਸ ਨੇ ਮੇਰੀ ਬਾਈਕ, ਮੈਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਕਿ ਮੇਰੀ ਬਾਈਕ ਮਿਲ ਗਈ ਆ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੇ ਲਈ ਕੈਮਰਾਮੈਨ ਹਰਵਿੰਦਰ ਮੰਗਾ ਦੇ ਨਾਲ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।